ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਫਤੂਹੀ ਦੀ ਵਿਸਤ ਦੁਆਬ ਨਹਿਰ ਵਿੱਚ ਪਿੰਡ ਮਾਲਾ ਬਲਟੋਈਆਂ ਦੇ ਇੱਕ 65 ਸਾਲਾ ਬਜ਼ੁਰਗ ਸਾਬਕਾ ਫੌਜੀ ਗਿਆਨ ਸਿੰਘ ਜੋ ਸਾਈਕਲ ਤੇ ਘਰੋਂ ਸਬਜ਼ੀ ਲੈਣ ਗਿਆ ਸੀ, ਨਹਿਰ ਕਿਨਾਰੇ ਆਪਣਾ ਸਾਈਕਲ ਖੜਾ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਤੇ ਆਸ-ਪਾਸ ਦੇ ਦੁਕਾਨਦਾਰਾਂ, ਰੇਹੜੀ ਵਾਲਿਆਂ ਤੇ ਰਾਹਗੀਰਾਂ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਤੇਜ਼ ਵਹਾਅ ਉਹਨਾਂ ਨੂੰ ਵਹਾ ਕੇ ਲੈ ਗਿਆ। ਪਿੰਡ ਦੇ ਮੋਤਵਾਰ ਵਿਅਕਤੀਆਂ ਨੂੰ ਲੈ ਕੇ ਨਹਿਰ ਦੇ ਪੁਲਾਂ ਦੇ ਕਰੀਬ ਫੌਜੀ ਦੀ ਭਾਲ ਕੀਤੀ ਜਾ ਰਹੀ ਹੈ। ਬਲਟੋਈਆਂ, ਮੈਂ ਲੰਬੜਦਾਰ ਕੁਲਦੀਪ ਸਿੰਘ। ਸਾਡੇ ਪਿੰਡ ਦਾ ਇੱਕ ਫੌਜੀ ਰਿਟਾਇਰ ਗਿਆਨ ਸਿੰਘ, ਸਨ ਆਫ ਸੁਰਜਣ ਰਾਮ, ਉਹ ਘਰ ਤੋਂ ਕੋਟਪਤੂਹੀ ਨੂੰ ਆਇਆ ਸੀਗਾ ਤਾਂ ਬਾਅਦ 'ਚ ਪਤਾ ਲੱਗਾ ਵੀ ਸਾਈਕਲ ਟੈਕਸੀ ਸਟੈਂਡ ਦੇ ਕੋਲ ਖੜਾ ਮਿਲਿਆ ਤਕਰੀਬਨ 1:30 ਵਜੇ ਦੇ ਗੇਟ ਤਾਂ ਨਹਿਰ 'ਚ ਛਾਲ ਮਾਰ ਦਿੱਤੀ ਦਾ ਪਤਾ ਲੱਗਾ। ਤਾਂ ਹੁਣ ਨਾਲ ਕੋਟਪਤੂਹੀ ਤੋਂ ਮੁਲਾਜ਼ਮ ਆ, ਪਿੰਡ ਦੇ ਬੰਦੇ ਆ, 15-20 ਬੰਦੇ ਆ, ਸ਼ਨਾਖਤ ਕਰਦੇ ਪਏ ਆ ਨਹਿਰ 'ਚ।